ਮੈਂ ਆਪਣੇ ਹਿੱਸੇ ਦੀ ਦੁਨੀਆ ਮੈਂ ਕੁੜੀਏ ਗੋਲੀਆਂ ਖਾਂਦਾ ਸੀ, ਹੁਣ ਮੈਨੂੰ ਪੜ੍ਹਾਈ ਤੋਂ ਪਹਿਲਾਂ ਰੋਟੀ ਦੀ ਲੋੜ ਹੈ। ਲੋਕ ਤਾਂ ਆਖਦੇ ਹਨ ਕਿ ਮੈਂ ਨਸ਼ੇੜੀ ਦੀ ਧੀ ਹਾਂ, ਕੋਈ ਕੰਮ ਵੀ ਨਹੀਂ ਦਿੰਦਾ, ਆਖਦੇ ਹਨ ਕਿਤੇ ਭਾਂਡੇ ਹੀ ਨਾ ਵੇਚ ਦੇਵੇ। ਹਾਏ ਰੱਬਾ ਹਾਏ, ਇਹ ਸਾਡੇ ਰੰਗਲੇ ਪੰਜਾਬ ਦਾ ਬਚਪਨ। ਹਾਏ ਵੇ, ਕਿੱਥੇ ਤੁਰ ਗਿਆ ਮੇਰੇ ਸਿਰ ਦੀਆਂ ਰਾਈਆਂ, ਪੁੱਛਦੀ ਬਿਨਾ ਤੇਰਾ ਸਰਨਾਮਾ। ਨੀ ਭੈਣੇ, ਰੰਗਲੇ ਪੰਜਾਬ ਦੀ ਰੰਗਲੀਏ ਭੈਣੇ, ਰੰਗਾਂ ਵਾਲੀ ਉਮਰ ਚ ਤੇਰੇ ਸਿਰ ਤੇ ਚਿੱਟੀ ਚੁੰਨੀ। ਬਾਪੂ, ਜੇ ਯਾਰ ਤੁਸੀਂ ਡੈਡੀ ਤੇ ਚੱਕਿਆ ਹੁੰਦਾ ਤਾਂ ਅੱਜ ਦਾ ਆਹ ਹਾਲ ਨਾ ਹੁੰਦਾ, ਨਾ ਹੀ ਇੱਥੇ ਪਿਆ ਹੁੰਦਾ। ਇਹ ਵੀ ਤਾਂ ਗਲਤੀ ਹੋ ਗਈ ਪੁੱਤ, ਉਸਦਾ ਨਤੀਜਾ ਹੀ ਤਾਂ ਭੁਗਤ ਰਿਹਾ। ਅਮਨ, ਖਬਰਦਾਰ, ਤੂੰ ਨਸ਼ਾ ਕਰਨ ਬਾਰੇ ਸੋਚਣਾ ਵੀ ਨਹੀਂ। ਲੈ ਭਾਬੀ, ਪਹੁੰਚ ਹੀ ਗਏ, ਹੋਰ ਨੀ, ਮਸਾਂ ਹੀ ਪਹੁੰਚੇ, ਅੱਜ ਤਾਂ ਬਾਹਲੀ ਗਰਮੀ ਸੀ। ਆ ਲੋ, ਮੰਮੀ ਤੇ ਭੂਆ ਵੀ ਆ ਗਏ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਧੀਓ, ਸਤਿ ਸ਼੍ਰੀ ਅਕਾਲ ਭੂਆ, ਆ ਜਾਓ ਇੱਥੇ ਬਹਿ ਜਾਓ। ਲਿਆ ਮਾਂ,
ਦਾ? ਭਲਾ ਹੋਵੇ ਉਸ ਅਫਸਰ ਦਾ। ਕਿਹੜੇ ਦਾ? ਜਿਹੜਾ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਾ। ਭੂਆ ਉਹ ਕਿਵੇਂ? ਆ ਇੱਕ ਦਿਨ ਮੈਂ ਤੇ ਬਾਪੂ ਜੀ ਜ਼ਮੀਨ ਦੇ ਕੰਮ ਤੋਂ ਤਹਿਸੀਲ ਦਫ਼ਤਰ ਗਏ ਸੀ। ਉੱਥੇ ਬੈਠਾ ਅਫਸਰ ਉਹਨੂੰ ਮਿਲਣਾ ਲੋਕਾਂ ਨੂੰ ਬਿਠਾਉਂਦਾ ਤੇ ਇੱਕੋ ਹੀ ਸਵਾਲ ਪੁੱਛਦਾ। ਭੂਆ ਜੀ ਕੀ ਸਵਾਲ ਪੁੱਛਦਾ? ਇਹੀ ਵੀ ਦੱਸੋ ਭਾਈ, ਜੇ ਤੁਸੀਂ ਸੜਕ ਤੇ ਜਾ ਰਹੇ ਹੋ ਤੇ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਤੁਸੀਂ ਕੀ ਕਰੋਗੇ? ਤੇ ਫਿਰ ਤੁਸੀਂ ਕੀ ਜਵਾਬ ਦਿੱਤਾ? ਪੁੱਤ ਮੈਂ ਕੀ, ਸਾਰਿਆਂ ਨੇ ਇੱਕ ਹੀ ਜਵਾਬ ਦਿੱਤਾ ਵੀ ਅਸੀਂ ਉਸ ਬੰਦੇ ਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਜਾਵਾਂਗੇ ਜਿੱਥੇ ਉਸ ਦਾ ਇਲਾਜ ਹੋਊ ਤੇ ਉਹਦੀ ਜਾਨ ਬਚ ਸਕੂਗੀ। ਬਿਲਕੁਲ ਠੀਕ ਧੀਏ। ਬਾਪੂ ਜੀ ਇਸ ਤੋਂ ਅੱਗੇ ਉਸ ਅਫਸਰ ਨੇ ਜੋ ਦੱਸਿਆ ਉਹ ਤਾਂ ਤੁਸੀਂ ਸੁਣਿਆ ਹੀ ਨਹੀਂ। ਰਾਣੀ ਉਹ ਕੀ? ਉਸ ਅਫਸਰ ਨੇ ਦੱਸਿਆ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਆ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਨੇ। ਹੋਰ ਕੀ, ਆ ਨਸ਼ਾ ਕਰਨ ਵਾਲੇ ਆਪਣੇ ਪਰਿਵਾਰ ਬਾਰੇ ਤਾਂ ਸੋਚਦੇ ਨਹੀਂ ਵੀ ਉਹਨਾਂ ਦੇ ਪਰਿਵਾਰ ਤੇ ਕੀ ਬੀਤਦੀ ਹੋਊਗੀ। ਮੈਂ ਤਾਂ ਕਹਿੰਦੀ ਆ ਆ ਨਸ਼ਾ ਵੇਚਣ ਵਾਲਿਆਂ ਦਾ ਕੱਖ ਨਾ ਰਵੇ। ਭਾਬੀ ਪੂਰੀ ਗੱਲ ਤਾਂ ਸੁਣ ਲਾ। ਹਾਂ ਹਾਂ ਦੱਸ। ਉਸ ਅਫਸਰ ਨੇ ਦੱਸਿਆ ਜਿਵੇਂ ਅਸੀਂ ਐਕਸੀਡੈਂਟ ਹੋਏ ਵਿਅਕਤੀ ਨੂੰ ਹਸਪਤਾਲ ਲਿਜਾ ਕੇ ਉਸਦਾ ਇਲਾਜ ਕਰਵਾਉਂਦੇ ਹਾਂ, ਉਵੇਂ ਹੀ ਨਸ਼ੇ ਦੇ ਰੋਗੀ ਨੂੰ ਵੀ ਹਸਪਤਾਲ ਲਿਆ ਕੇ ਉਸਦਾ ਇਲਾਜ ਕਰਵਾ ਸਕਦੇ ਹਾਂ। ਆ ਤਾਂ ਹੀ ਤਾਂ ਮੈਂ ਵੀਰੇ ਨੂੰ ਇੱਥੇ ਲੈ ਕੇ ਆਈ ਹਾਂ। ਬਿਲਕੁਲ ਸਹੀ ਗੱਲ ਹੈ ਜੀ, ਜਿਵੇਂ ਆਪਾਂ ਐਕਸੀਡੈਂਟ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਲਿਆ ਕੇ ਉਸਦਾ ਇਲਾਜ ਕਰਾਉਣੇ ਆ, ਉਸੇ ਤਰ੍ਹਾਂ ਸਾਨੂੰ ਨਸ਼ੇ ਤੋਂ ਪੀੜਿਤ ਰੋਗੀ ਨੂੰ ਵੀ ਹਸਪਤਾਲ ਲਿਆ ਕੇ ਉਸਦਾ ਇਲਾਜ ਕਰਾਉਣਾ ਚਾਹੀਦਾ ਹੈ। ਵੇਖੋ ਭਾਈ, ਜੇ ਹੁਣ ਮਰੀਜ਼ ਹਸਪਤਾਲ ਵਿੱਚ ਦਾਖਲ ਹੋ ਗਿਆ ਤਾਂ ਸਮਝ ਲਓ ਇੱਕ ਪਾਸੇ ਤਾਂ ਉਹ ਘਰ ਦੇ ਪੈਸਿਆਂ ਦੀ ਨਸ਼ੇ ਵਿੱਚ ਬਰਬਾਦੀ ਨਹੀਂ ਕਰੇਗਾ, ਦੂਜੀ ਨਸ਼ੇ ਨਾਲ ਹੋਣ ਵਾਲੀ ਓਵਰਡੋਜ਼ ਤੋਂ ਜਾਨ ਚਲੀ ਜਾਂਦੀ ਹੈ, ਉਸ ਤੋਂ ਵੀ ਬਚਾ ਰਵੇਗਾ। ਸਾਡੇ ਤਾਂ ਭਾਈ ਆਪਦੇ ਜਵਾਈ ਦਾ ਨਸ਼ੇ ਨਾਲ ਬੁਰਾ ਸੀ। ਅਸੀਂ ਤਾਂ ਕਹਿੰਦੇ ਹਾਂ ਭਲਾ ਹੋਵੇ ਉਸ ਰੱਬ ਵਰਗੇ ਬੰਦੇ ਦਾ ਜਿਸ ਨੇ ਸਾਨੂੰ ਨਸ਼ੇ ਛਡਾਊ ਕੇਂਦਰ ਬਾਰੇ ਦੱਸਿਆ। ਸ਼ੁਕਰ ਹੈ ਪਰਮਾਤਮਾ ਦਾ, ਇਹ ਜੀ ਤੁਹਾਨੂੰ ਅਮਨ ਦੀ ਸੌ ਜੇ ਤੁਸੀਂ ਨਸ਼ੇ ਬਾਰੇ ਸੋਚਿਆ ਵੀ ਤਾਂ। ਕੀ ਨਸ਼ਾ ਪੰਜਾਬ ਵਿੱਚੋਂ ਖਤਮ ਨਹੀਂ ਹੋ ਸਕਦਾ? ਕਾਕਾ ਹੋ ਸਕਦਾ ਹੈ, ਇਸ ਲਈ ਜਾਗਰੂਕਤਾ ਦੀ ਲੋੜ ਹੈ। ਸਰ ਉਹ ਕਿਵੇਂ? ਉਹ ਇਸ ਤਰ੍ਹਾਂ, ਹਰ ਕੋਈ ਇਹੀ ਦੋਸ਼ ਲਾਉਂਦਾ ਕਿ ਪੰਜਾਬ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਕਿ ਨਸ਼ਾ ਕਿੱਥੋਂ ਆਉਂਦਾ ਤੇ ਕੌਣ ਵੇਚਦਾ। ਹੋਰ ਕੀ, ਪਰ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਜਿਵੇਂ ਆਜ਼ਾਦੀ ਪ੍ਰਾਪਤ ਕਰਨ ਲਈ ਇੱਕ ਮੁਹਿੰਮ ਸੀ, ਇਹ ਆਜ਼ਾਦੀ ਤਾਂ ਹੀ ਪ੍ਰਾਪਤ ਕਰ ਸਕੇ ਕਿਉਂਕਿ ਲੋਕਾਂ ਦਾ ਸਹਿਯੋਗ ਸੀ। ਉਸੇ ਤਰ੍ਹਾਂ ਦੇਸ਼ ਭਗਤਾਂ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਕਿਸੇ ਵੱਲ ਕੋਈ ਝਾਕ ਨਹੀਂ ਰੱਖੀ, ਜਨ ਸਹਿਯੋਗ ਸੀ। ਆਪ ਮੁਹਾਰੇ ਲੋਕਾਂ ਨੇ ਅਹਿਦ ਲਿਆ ਦੇਸ਼ ਨੂੰ ਆਜ਼ਾਦ ਕਰਵਾਉਣ ਦਾ। ਉਸੇ ਤਰ੍ਹਾਂ ਅੱਜ ਵੀ ਜਨ ਅੰਦੋਲਨ ਦੀ ਲੋੜ ਹੈ, ਏਕੇ ਦੀ ਲੋੜ ਹੈ, ਨਸ਼ਾ ਤਸਕਰਾਂ ਦੀ ਹਿਮਾਇਤ ਨਹੀਂ ਬਾਈਕਾਟ ਦੀ ਲੋੜ ਹੈ। ਇਸ ਲਈ ਜੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤੀ ਦਿਲਾਉਣੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨਾ ਪਏਗਾ। ਸਰ ਉਹ ਕਿਵੇਂ? ਕਾਕਾ, ਨੌਜਵਾਨਾਂ ਨੂੰ ਖੇਡਾਂ ਵਿੱਚ ਲਗਾਉਣਾ ਪਏਗਾ ਕਿਉਂਕਿ ਖੇਡਾਂ ਵਿਅਕਤੀ ਵਿੱਚ ਚੰਗੀ ਸੋਚ ਪੈਦਾ ਕਰਦੀਆਂ ਨੇ। ਦੂਜੀ ਗੱਲ, ਨਸ਼ਾ ਬਣਿਆ ਦੋ ਅੱਖਰਾਂ ਨਾਲ, ਇਸ ਦਾ ਪਹਿਲਾ ਅੱਖਰ ਨੰਨਾ ਜੋ ਕਿ ਆਖਦਾ ਹੈ ਮੇਰੇ ਵੱਲ ਨਾ ਆ, ਮੈਂ ਨਕਾਰਾਤਮਕਤਾ ਨਾਲ ਭਰਿਆ ਹੋਇਆ ਹਾਂ। ਇਸ ਦਾ ਅਖੀਰਲਾ ਅੱਖਰ ਸ਼ਾ ਜਿਸ ਦਾ ਅਰਥ ਹੈ ਕਾਲਾ, ਭਾਵ ਮੇਰਾ ਰੰਗ ਵੀ ਮਾੜਾ ਹੈ ਅਤੇ ਅੰਤ ਵੀ ਕਾਲਾ ਹੈ। ਇਸ ਨਸ਼ੇ ਨੂੰ ਲੋਕਾਂ ਦੇ ਸਹਿਯੋਗ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਵੀ ਆਪਣੇ ਵੱਲੋਂ ਪੂਰੀ ਵਾਹ ਲਗਾ ਰਹੀ ਹੈ ਕਿ ਇਹਨਾਂ ਨਸ਼ਿਆਂ ਦੀ ਸਪਲਾਈ ਨੂੰ ਰੋਕਿਆ ਜਾਵੇ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਲਗਾਇਆ ਜਾਵੇ। ਨੌਜਵਾਨਾਂ ਨੂੰ ਖੇਡਾਂ ਵਿੱਚ ਲਗਾਉਣ ਲਈ ਨਵੇਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਖੇਡਾਂ ਵਿਅਕਤੀ ਵਿੱਚ ਚੰਗੀ ਸੋਚ ਪੈਦਾ ਕਰਦੀਆਂ ਨੇ। ਹਾਂ ਸਹੀ ਸਹੀ ਜਮਾ। ਭਾਈ ਕੀ ਹੋਇਆ? ਕੁਝ ਨਹੀਂ ਡਾਕਟਰ ਸਾਹਿਬ। ਫਿਰ ਵੀ
ਸਰ ਸਾਨੂੰ ਨਸ਼ਿਆਂ ਦੀ ਜਾਗਰੂਕਤਾ ਬਾਰੇ ਦੱਸ ਰਹੇ ਸਨ। ਬਿਲਕੁਲ ਠੀਕ। ਆਓ ਬਾਪੂ ਜੀ ਸਮਝੋ, ਜੇ ਪੰਜਾਬ ਵਿੱਚ ਨਸ਼ੇ ਖਤਮ ਕਰਨੇ ਹਨ ਤਾਂ ਆਮ ਲੋਕਾਂ ਨੂੰ ਜਾਗਰੂਕ ਹੋਣਾ ਹੀ ਪਵੇਗਾ। ਬਾਪੂ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਸ਼ੇ ਤੋਂ ਪੀੜਤ ਮਰੀਜ਼ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਡਾਕਟਰ ਸਾਹਿਬ ਇਹ ਤਾਂ ਬੜੀ ਚੰਗੀ ਗੱਲ ਹੈ। ਹਾਂਜੀ, ਜੇ ਤੁਸੀਂ ਕਿਸੇ ਨਸ਼ੇ ਤੋਂ ਪੀੜਤ ਮਰੀਜ਼ ਨੂੰ ਹਸਪਤਾਲ ਵਿੱਚ ਲੈ ਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਉਸਦੀ ਇੱਕ ਪਰਚੀ ਬਣਦੀ ਹੈ, ਫਿਰ ਉਹ ਪਰਚੀ ਕਾਉਂਸਲਰ ਕੋਲ ਜਾਂਦੀ ਹੈ। ਕਾਉਂਸਲਰ ਉਸਨੂੰ ਸਮਝਾਉਂਦੀ ਹੈ ਕਿ ਨਸ਼ੇ ਦੀ ਲੱਤ ਇੱਕ ਬਿਮਾਰੀ ਹੈ, ਬਿਮਾਰੀ ਜਿਸ ਦਾ ਇਲਾਜ ਸੰਭਵ ਹੈ। ਹਾਂਜੀ, ਮਰੀਜ਼ ਦਾ ਇਲਾਜ ਸੀਕ੍ਰੇਟ ਰੱਖਿਆ ਜਾਵੇਗਾ। ਇਲਾਜ ਦੇ ਦੌਰਾਨ ਦੋਸਤਾਂ ਨਾਲ ਮਾਹੌਲ ਦਿੱਤਾ ਜਾਵੇਗਾ। ਮਰੀਜ਼ ਤੋਂ ਜਾਣਿਆ ਜਾਵੇਗਾ ਉਸਨੂੰ ਨਸ਼ੇ ਦੀ ਲੱਤ ਕਿਵੇਂ ਲੱਗੀ ਅਤੇ ਕਿੰਨੀ ਡੋਜ਼ ਦੇ ਰਿਹਾ ਹੈ। ਮਨੋਚਿਕਿਤਸਕ ਦੁਆਰਾ ਮਰੀਜ਼ ਦੀ ਜਾਂਚ ਕੀਤੀ ਜਾਵੇਗੀ। ਪਹਿਲੇ 5-7 ਦਿਨਾਂ ਦੀ ਦਵਾਈ ਹਸਪਤਾਲ ਵਿੱਚ ਦਾਖਲ ਕਰਕੇ ਹੀ ਦਿੱਤੀ ਜਾਵੇਗੀ। ਬਾਅਦ ਵਿੱਚ ਮਰੀਜ਼ ਨੂੰ ਸੈਂਟਰ ਭੇਜ ਦਿੱਤਾ ਜਾਵੇਗਾ ਜਿੱਥੇ ਉਹ 2-2.5 ਮਹੀਨੇ ਵਿੱਚ ਠੀਕ ਹੋ ਕੇ ਆਪਣੇ ਘਰ ਵਾਪਸ ਚਲਾ ਜਾਏਗਾ। ਡਾਕਟਰ ਸਾਹਿਬ ਇਹ ਤਾਂ ਸੌਖੀ ਜਿਹੀ ਗੱਲ ਆ। ਸਾਡੇ ਅਧਿਆਪਕ ਵੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਜੇਕਰ ਕੋਈ ਵਿਦਿਆਰਥੀ ਸਕੂਲ ਵਿੱਚ ਨਸ਼ਾ ਕਰਦਾ ਹੈ ਤਾਂ ਉਸਦੀ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ ਜਾਵੇ। ਜਿਸ ਤਰ੍ਹਾਂ ਕੋਈ ਵਿਅਕਤੀ ਨਸ਼ਾ ਖਰੀਦਣ ਅਤੇ ਵੇਚਣ ਵਾਲੇ ਦਾ ਨਾਂ ਪੁਲਿਸ ਨੂੰ ਦੱਸਦਾ ਹੈ ਅਤੇ ਪੁਲਿਸ ਵੱਲੋਂ ਉਸਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ, ਠੀਕ ਉਸੇ ਹੀ ਤਰ੍ਹਾਂ ਉਸ ਵਿਦਿਆਰਥੀ ਦੀ ਜਾਣਕਾਰੀ ਵੀ ਸਕੂਲ ਵੱਲੋਂ ਗੁਪਤ ਰੱਖੀ ਜਾਵੇਗੀ। ਨਾਲੇ ਇਹੀ ਨਹੀਂ, ਅਧਿਆਪਕ ਸਾਨੂੰ ਇਹ ਵੀ ਦੱਸਦੇ ਹਨ ਕਿ ਜੇਕਰ ਨਸ਼ਾ ਖਰੀਦਣਾ ਬੰਦ ਹੋ ਜਾਵੇ ਤਾਂ ਉਸਦਾ ਵਿਕਣਾ ਆਪਣੇ ਆਪ ਹੀ ਬੰਦ ਹੋ ਜਾਵੇਗਾ। ਬਿਲਕੁਲ ਠੀਕ। ਲੋ ਭਾਈ ਰੋਟੀ ਖਾ ਲਓ ਤੇ ਇਹਨੂੰ ਵੀ ਖਵਾ ਦੋ। ਹਾਏ ਨੂੰ ਕੀ ਹੋ ਗਿਆ, ਹਾਏ ਕੀ ਹੋ ਗਿਆ, ਡਾਕਟਰ 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 ਦੇਖੋ ਇਹਨੂੰ ਕੀ ਹੋ ਗਿਆ, ਹਾਏ ਨੂੰ ਕੀ ਹੋ ਗਿਆ। ਡਾਕਟਰ ਸਾਹਿਬ ਬੈਡ ਨੰਬਰ 7 ਨੇ ਫੇਰ ਓਵਰਡੋਜ਼ ਲੈ ਲਈ। ਡਾਕਟਰ ਸਾਹਿਬ ਮੇਰਾ ਕੋਈ ਠੀਕ ਤਾਂ ਹੋ ਜਾਏਗਾ ਨਾ, ਅਸੀਂ ਆਪਣੀ ਪੂਰੀ ਵਾਹ ਲਗਾਵਾਂਗੇ। ਡਾਕਟਰ ਸਾਹਿਬ ਮੇਰੇ ਪੁੱਤ ਨੂੰ ਬਚਾ ਲਓ, ਡਾਕਟਰ ਸਾਹਿਬ ਮੇਰੇ ਪੁੱਤ ਨੂੰ ਬਚਾ ਲਓ, ਪਾਸੇ ਹੋਵੋ, ਸਾਨੂੰ ਵੇਖਣ ਦਿਓ, ਹੌਸਲਾ ਰੱਖੋ। ਮਾਫ ਕਰੋ, ਨਸ਼ੇ ਦੀ ਓਵਰਡੋਜ਼ ਕਾਰਨ ਅਸੀਂ ਇਹਨਾਂ ਨੂੰ ਨਹੀਂ ਬਚਾ ਪਾਏ। ਵੇ ਪੁੱਤ, ਹਾਏ ਵੇ ਲੋਕਾਂ, ਨਸ਼ਿਆਂ ਨੇ ਮੇਰਾ ਪੁੱਤ ਖਾ ਲਿਆ। ਪ੍ਰਸ਼ਾਸਨ, ਸਰਕਾਰਾਂ ਅਤੇ ਗਦਾਰਾਂ ਨੂੰ ਕੋਸਣ ਦੀ ਥਾਂ ਜਨ ਅੰਦੋਲਨ ਦੀ ਲੋੜ ਹੈ। ਕਿਤੇ ਪ੍ਰਵਾਸ ਤੇ ਨਸ਼ਾ ਸਾਡੀਆਂ ਸਰਦਲਾਂ ਤੋਂ ਪੁੱਤਰਾਂ ਦੀਆਂ ਸੰਗਲੀ ਪੈੜਾਂ ਹਮੇਸ਼ਾ ਲਈ ਅਲੋਪ ਨਾ ਕਰ ਦੇਵੇ। ਉੱਠੋ, ਫਿਰ ਹਮਲਾ ਮਾਰੋ, ਪੰਜਾਬ ਨੂੰ ਨਸ਼ਾ ਮੁਕਤ ਬਣਾਓ। ਇਨਕਲਾਬ।
ਨਸ਼ਾ ਹੀ ਕਰਨਾ ਹੈ ਤਾਂ ਆਓ ਨਸ਼ਾ ਕਰੀਏ। ਮਿਹਨਤ ਦਾ, ਪੜ੍ਹਾਈ ਦਾ, ਖੇਡਾਂ ਦਾ, ਜ਼ਿੰਮੇਵਾਰੀਆਂ ਦਾ ਤੇ ਪਰਮਾਤਮਾ ਦੇ ਨਾਂ ਦਾ। ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਕਿੰਨਾ ਚਿਰ ਮੁੱਖ ਦਸ਼ਕ ਬਣ ਕੇ ਜਵਾਨ ਪੁੱਤਾਂ ਦੇ ਬਲ ਦੇ ਸੀਵੇ ਤੇ ਪੁੱਤਾਂ ਦੀਆਂ ਲਾਸ਼ਾਂ ਤੇ ਕਿਰਨੇ ਪਾਉਂਦੀਆਂ ਮਾਵਾਂ ਨੂੰ ਵੇਖਦੇ ਰਹੋਗੇ? ਮਾਈ ਭਾਗੋ ਤੇ ਭਗਤ ਸਿੰਘ ਦੇ ਵਾਸੋ, ਬੁੱਧੀਜੀਵੀਓ, ਸਾਹਿਤਕਾਰੋ, ਅਦਾਕਾਰੋ, ਕਲਾਕਾਰੋ, ਪ੍ਰਸ਼ਾਸਨਿਕ ਅਧਿਕਾਰੀਓ ਅਤੇ ਪੰਜਾਬ ਪ੍ਰਤੀ ਦਿਲ ਵਿੱਚ ਦਰਦ ਰੱਖਣ ਵਾਲਿਓ, ਆਓ ਉੱਠੋ, ਅੱਜ ਪ੍ਰਣ ਲਈਏ। ਮੈਂ ਗੁਜ਼ਾਰਿਸ਼ ਕਰਾਂਗਾ ਤੁਹਾਨੂੰ ਸਭਨਾਂ ਨੂੰ ਕਿ ਆਪਣੀ ਥਾਂ ਤੇ ਖੜੇ ਹੋ ਕੇ ਸੱਜਾ ਹੱਥ ਅੱਗੇ ਕਰੋ ਤਾਂ ਕਿ ਅਸੀਂ ਅਹਿਦ ਲੈ ਸਕੀਏ ਨਸ਼ੇ। ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਆਪ ਆਪਣੀ ਥਾਂ ਤੇ ਖੜੇ ਹੋਈਏ ਤੇ ਸੱਜਾ ਹੱਥ ਅੱਗੇ ਕਰਕੇ ਇਹ ਪ੍ਰਣ ਲਈਏ ਸਾਰੇ ਜਾਣੇ। ਇਹ ਸਨ ਜ਼ਿਲ੍ਹਾ ਪੱਧਰ ਉੱਤੇ ਨਾਟਕ ਮੁਕਾਬਲੇ ਦੇ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲੇ।